ਪੰਜਾਬੀ ਪਿਆਰਿਓ, ਤੁਸੀਂ ਦੇਖ ਰਹੇ ਹੋ ਪੰਜਾਬੀ ਹਾਕੀ ਅਤੇ ਸਾਡੇ ਸਟੂਡੀਓ ਦੇ ਵਿੱਚ ਦੁਬਾਰਾ ਅਸੀਂ ਆਪ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਤੁਹਾਡਾ ਹੋਸਟ ਹਰਨਾਰਾਇਣ ਸਿੰਘ, ਭੁਪਿੰਦਰ ਸਿੰਘ ਹੁੰਦਲ, ਹਰਪ੍ਰੀਤ ਪੰਧੇਰ ਅਤੇ ਰਣਦੀਪ ਜੰਡਾ ਸਾਹਿਬ ਵੀ ਅੱਜ ਸਾਥ ਦੇ ਰਹੇ ਹਨ। ਅਤੇ ਜਿਵੇਂ ਨਛੱਤਰ ਗਿੱਲ ਨਹੀਂ ਕਹਿੰਦਾ ਗੁੱਸਾ ਨਾ ਕਰੀ ਵੀ ਪਿੱਛੋਂ ਆਵਾਜ਼ ਮਾਰੀ ਹੈ, ਅੱਜ ਪਿਟਸਬਰਗ ਪੈਂਗੁਇਨਸ ਪਿੱਛੋਂ ਦੀ ਜਾ ਕੇ ਜਿੱਤ ਪ੍ਰਾਪਤ ਕਰਕੇ ਵੈਨਕੂਵਰ ਕਨਕਸ ਨੂੰ ਹਰਾ ਦਿੱਤਾ। ਉਹ ਕੀ ਹੋ ਗਿਆ ਵੈਨਕੂਵਰ ਕਨਕਸ ਨੂੰ? ਕਨਕਸ 3-1 ਗੋਲ ਦੀ ਲੀਡ ਸੀਗੀ, 7 ਮਿੰਟ ਲੰਘ ਚੁੱਕੇ, ਲੀਡ ਇਹਨਾਂ ਨੇ ਹਾਸਲ ਕੀਤੀ। ਬੋ ਹੋਰਵੈਟ ਨੇ ਕੀਤਾ ਗੋਲ, ਪਰ ਉਸ ਤੋਂ ਬਾਅਦ ਅਫਗਾਨੀ ਮੈਲਕ ਨੇ ਵੱਟ ਕੱਢ ਦਿੱਤੇ, ਪਰ ਲੰਡਨ ਵੇ ਨੇ ਕਮਾਲ ਦਾ ਗੋਲ ਕੀਤਾ। ਪਰ ਗੱਲ ਇਹ ਆਪਣੇ ਨੈਟ ਦੇ ਵਿੱਚ ਗੋਲ ਕੀਤਾ, ਬਹੁਤ ਮਾੜੀ ਗੱਲ। ਗੋਲ ਤਾਂ ਮਸੀਂ ਕੀਤਾ ਵਿਚਾਰੇ ਨੇ, ਗੋਲ ਹੁੰਦਾ ਹੀ ਨਹੀਂ ਉਹ ਤੋਂ। ਦੇਖੋ ਜੀ, ਜਿਹੜੀ ਗੱਲਬਾਤ ਹੈ, ਕੈਨੇਡੀਅਨ ਟੀਮਾਂ ਦਾ ਸੱਤਿਆਨਾਸ਼ ਹੋ ਗਿਆ ਇਸ ਸੀਜ਼ਨ, ਕੋਈ ਹੈ ਹੀ ਨਹੀਂ ਪਲੇਆਫ ਦੇ ਵਿੱਚ। ਕੀ ਗੱਲ? ਗੱਲ ਇਹ ਛੱਡੋ, ਅਮਰੀਕਨ ਟੀਮ ਨੇ ਹੁਣ ਸਾਨੂੰ ਚੀਜ਼ ਕਰਨਾ ਪੈਣਾ ਜੀ। ਜਿੱਦਾਂ ਕੈਨੇਡੀਅਨ ਡਾਲਰ ਡਿੱਗੀ ਜਾਂਦਾ, ਇਸ ਤਰ੍ਹਾਂ ਹੀ ਕੈਨੇਡੀਅਨ ਟੀਮਾਂ ਡਿੱਗੀ ਜਾਂਦੀਆਂ ਨੇ। ਕੋਈ ਪਲੇਆਫ ਵਿੱਚ ਸ਼ਾਮਲ ਨਹੀਂ ਹੈ ਇਸ ਸਮੇਂ, ਬਦਲਾਵ ਲਿਆਉਣਾ ਚਾਹੀਦਾ, ਕੁਛ ਟਰੂਡੋ ਨੇ ਵੀ ਕਰਨਾ ਚਾਹੀਦਾ, ਟਾਈਮ ਆਊਟ ਲੈਣਾ ਚਾਹੀਦਾ। ਸੋ ਗੱਲ ਕਰੀਏ ਹੋਰ ਟੀਮਾਂ ਬਾਰੇ, ਮੌਂਟਰੀਆਲ ਦੇ ਵਿੱਚ ਕੰਮ ਬੇੜਾ ਗਰਕ ਹੋ ਗਿਆ ਗੋਲਚੀ ਤੋਂ ਬਿਨਾਂ ਹੈ। ਹਾਂਜੀ, ਥੋੜ੍ਹਾ ਜਿਹਾ ਕੰਮ ਸੀ ਕੰਮ ਸਾ, ਜਿੱਦਾਂ ਫ੍ਰੈਂਚ ਦੇ ਵਿੱਚ ਕਹਿੰਦੇ ਨੇ। ਗੱਲ ਇਹ ਆ, ਕੈਰੀ ਪ੍ਰਾਈਸ ਉਹਦੇ ਵਿਚਾਰੇ ਦੇ ਸੱਟ ਲੱਗ ਗਈ, ਖਿੱਚ ਪੈ ਗਈ, ਤਾਂ ਇਸੇ ਕਾਰਨ ਉਹ ਲਾਈਨਅਪ ਦੇ ਵਿੱਚੋਂ ਬਾਹਰ ਆ। ਅੱਛਾ, ਬਾਕੀ ਸੱਟ ਦੇ ਲੱਗਣ ਦੇ ਵੀ ਕਾਰਨ ਫਿਰ ਵੀ ਉਹਦਾ ਪ੍ਰਦਰਸ਼ਨ ਵਧੀਆ ਹੋਣਾ ਚਾਹੀਦਾ, ਵੀ ਡਾਕਟਰ ਵਧੀਆ ਰੱਖੇ, ਰੀਹੈਬ ਵਧੀਆ ਕਰੇ, ਬੈਠਾ ਮਜ਼ੇ ਲੈਂਦਾ ਕਿੱਥੇ ਕਿੱਥੇ ਰਹਿੰਦਾ, ਐਨਹਾਈਮ ਲੇਕ ਮਿਲ 'ਚ ਕਿਸੇ ਨੂੰ ਸੱਟ ਲੱਗ ਜਾਂਦੀ ਆ, ਉਹਨੂੰ ਸਿਕਨੈਸ 'ਤੇ ਜਾਣਾ ਪੈਂਦਾ, ਸਾਰੀ ਮਿਲ ਬੰਦ ਹੋ ਜਾਂਦੀ ਆ, ਕੰਮ ਕਰੀ ਜਾਂਦੇ ਆ, ਉਹ ਮਿਲ ਚੱਲਦੀ ਰਹਿੰਦੀ ਆ, ਮੌਂਟਰੀਅਲ ਕੈਨੇਡੀਅਨਸ ਕਿਉਂ ਨਹੀਂ ਚੱਲਦੇ? ਪੰਜਾਬੀਆਂ ਦੀ ਗੱਲ ਇਹ ਹੈ, ਕਹਿੰਦੇ ਸਾਡੇ ਨਾਲ ਰਹੋਗੇ ਅਤੇ ਐਸ਼ ਕਰੋਗੇ, ਕਿਉਂਕਿ ਐਡਮਿੰਟਨ ਓਇਲਰਸ ਦਾ ਜਿਹੜਾ ਰਿਕਾਰਡ ਹੈ, ਜਦੋਂ ਜੁਝਾਰ ਖਹਿਰਾ ਖੇਡਦਾ ਹੋਵੇ ਉਹਨਾਂ ਦੀ ਟੀਮ 'ਤੇ ਤਾਂ ਜਿੱਤਦੇ ਆ, ਅਤੇ ਜਦੋਂ ਉਹਨੂੰ ਨਹੀਂ ਖੜਾਉਂਦੇ ਤਾਂ ਹਾਰਦੇ ਆ। ਅਗਲਾ ਕੋਚ ਮੈਨੂੰ ਲੱਗਦਾ ਭੁਪਿੰਦਰ ਜੀ ਨੂੰ ਬਣਾਉਣਾ ਚਾਹੀਦਾ, ਜੀ ਐਮ ਤੁਹਾਨੂੰ, ਅਤੇ ਰੈਫਰੀ ਪੰਧੇੜ ਸਾਹਿਬ। ਠੀਕ ਹੈ ਬਾਈ, ਪੈਨਲਟੀਆਂ ਜ਼ਿਆਦਾ ਨਾ ਸੱਦਿਓ, ਨਹੀਂ ਤਾਂ ਫਿਰ ਮਿਸ ਪੂਜਾ ਨੂੰ ਸੱਦਣਾ ਪੈਣਾ, ਸੀਟੀ ਮਾਰ ਕੇ ਬਣਾਉਣਾ ਹਟ ਜਾ। ਰਣਦੀਪ ਜੀ, ਐਡਮਿੰਟਨ ਓਇਲਰਸ ਸੱਟਾਂ ਇੰਨੀਆਂ ਲੱਗ ਰਹੀਆਂ, ਪਹਿਲਾਂ ਮਕਡੇਵਿਡ, ਯਾਕਪਾਫ, ਐਬਰਲੀ ਵੀ ਸੀਗਾ ਬਾਹਰ, ਹੁਣ ਨੂਜਨ ਹਾਪਕਿੰਸ ਨਾਲ ਕਲੈਫਬਾਮ, ਯਾਰ ਉਹਨਾਂ ਨੂੰ ਮੈਨੂੰ ਕਿਹਾ ਤਾਂ ਪਾਠ ਰੱਖਣਾ ਪੈਣਾ, ਇੰਨੀਆਂ ਸੱਟਾਂ ਲੱਗ ਰਹੀਆਂ। ਸੱਟਾਂ ਕਾਫੀ ਲੱਗੀਆਂ ਹੈ, ਅਤੇ ਏ ਐਚ ਐਲ ਦੀ ਟੀਮ ਪੂਰੀ, ਮੇਰੇ ਖਿਆਲ ਪੂਰੀ ਤੋਂ ਪੂਰੀ ਉਹਨਾਂ ਨੂੰ ਕਾਲ ਅਪ ਕਰਨੀ ਪੈਣੀ ਹੈ। ਉੱਧਰੋਂ ਜੋਨਥਨ ਡਰੋਐਮ ਜਿਹੜਾ ਨੌਜਵਾਨ ਖਿਡਾਰੀ ਹੈ, ਅਤੇ ਹਜੇ ਉਹਨੇ ਕੁਛ ਕਮਾਇਆ ਨਹੀਂ ਐਨ ਐਚ ਐਲ ਦੀ ਦੁਨੀਆ 'ਚ, ਪਰ ਉਹਦੇ ਬਾਰੇ ਬਹੁਤ ਵਾਦ ਵਿਵਾਦ ਖੜਾ ਹੋਇਆ ਜੀ। ਇਹ ਜਿਵੇਂ ਪੁਰਾਣੇ ਜ਼ਮਾਨੇ 'ਚ ਕਰਦੇ ਹੁੰਦੇ ਸੀਗੇ, ਹੋਲਡ ਆਊਟ ਕਰਨਾ, ਹੈ ਨਾ, ਵੀ ਟੀਮ ਨੂੰ ਦੱਸ ਦੇਣਾ ਵੀ ਮੈਂ ਖੇਡਣਾ ਨਹੀਂ, ਮੈਂ ਪੈਸੇ ਵੀ ਨਹੀਂ ਲੈਣੇ, ਤੁਸੀਂ ਮੈਨੂੰ ਟ੍ਰੇਡ ਕਰੋ। ਸੋ ਹੁਣ ਆਈਜ਼ਰਮੈਨ ਨੂੰ ਇਸ ਸਥਿਤੀ ਦੇ ਵਿੱਚ ਪਾ ਦਿੱਤਾ ਗਿਆ ਵੀ ਦਵਾ ਦਵ ਟ੍ਰੇਡ ਕਰਨਾ ਪੈਣਾ, ਕਿ ਕਿਉਂਕਿ ਉਹਦੀ ਜਿਹੜੀ ਸਟਾਕ ਆ ਉਹ ਦਿਨੋਂ ਦਿਨ ਡਿੱਗੀ ਜਾਂਦੀ ਆ। ਤੁਸੀਂ ਦੱਸੋ ਇਹ ਕਿਹੜਾ ਬੇਨਗ੍ਰੈਸ ਕੀ ਹੈਗਾ, ਹਾਲੇ ਨਾ ਤਾਂ ਕਮਾਇਆ ਵੀ ਨਹੀਂ ਹੈਗਾ, ਤਾਂ ਪਹਿਲਾਂ ਹੀ ਕਹਿੰਦਾ ਮੈਨੂੰ ਟ੍ਰੇਡ ਕਰ ਦਿਓ, ਇਹ ਬਹੁਤ ਮਾੜੀ ਗੱਲ ਹੈ। ਵਾਹ ਜੀ ਵਾਹ। ਸੋ ਦਰਸ਼ਕੋ, ਇਹ ਹੈ ਸਥਿਤੀ ਕੁਛ ਕੈਨੇਡੀਅਨ ਸ਼ਹਿਰਾਂ ਦੀ, ਅਤੇ ਮਿਲਦੇ ਹਾਂ ਤੁਹਾਨੂੰ ਦੁਬਾਰਾ ਅਗਲੇ ਹਫ਼ਤੇ। ਹਾਂਜੀ ਭਾਜੀ, ਤੁਹਾਨੂੰ ਚਾਹੀਦਾ ਫੀਲਡ ਹਾਕੀ ਦਾ ਐਂਕਰ ਮੈਨ। We're on in 5, 4, 3. So whenever you're ready.